ਹੈਲੋ एवरीवन ਆਈ ਹੋਪ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਮੈਂ ਤੁਹਾਡਾ ਤੁਹਾਡੇ ਆਪਣੇ YouTube ਚੈਨਲ Pasture Short Success ਤੇ ਸਵਾਗਤ ਕਰਦੀ ਹਾਂ ਅੱਜ ਦੀ ਵੀਡੀਓ ਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਯੂਨੀਵਰਸਿਟੀ ਦਾ ਜੋ ਕੰਸਟੀਟਿਊਟ ਕੋਲੇਜ ਹੈ ਕੜਿਆਲ ਧਰਮਕੋਟ ਮੋਗਾ ਦੇ ਵਿੱਚ ਉੱਥੇ ਨੌਨ ਟੀਚਿੰਗ ਪੋਸਟਸ ਨਿਕਲੀਆਂ ਨੇ ਤਾਂ ਆਪਾਂ ਦੇਖਦੇ ਹਾਂ ਜੀ ਕਿਹੜੀਆਂ-ਕਿਹੜੀਆਂ ਨਿਕਲੀਆਂ ਨੇ ਇਹਨਾਂ ਲਈ ਕੋਈ ਐਗਜ਼ਾਮ ਨਹੀਂ ਹੋਵੇਗਾ ਸਿਰਫ ਵਾਕ ਇਨ ਇੰਟਰਵਿਊ ਹੋਵੇਗੀ ਉਸ ਦੇ ਬਾਰੇ ਆਪਾਂ ਨੇ ਇਹਨਾਂ ਨੇ ਦੱਸਿਆ ਹੈ ਤੇ ਇੱਥੇ ਜੋ ਪੋਸਟਾਂ ਨਿਕਲੀਆਂ ਨੇ ਜੀ ਜੋ ਵੈਕੈਂਸੀਜ਼ ਨੇ ਉਹ ਨੇ ਲਾਇਬ੍ਰੇਰੀ ਅਸਿਸਟੈਂਟ ਦੀ ਇੱਕ ਹੈ ਮਾਲੀ ਦੀਆਂ ਦੋ ਨੇ ਪੀਓਨ ਦੀਆਂ ਦੋ ਨੇ ਕਲੀਨਰ ਦੀ ਇੱਕ ਹੈ ਤੇ ਸਿਕਿਉਰਿਟੀ ਗਾਰਡ ਦੀਆਂ ਦੋ ਨੇ ਤਾਂ ਤੁਸੀਂ ਦੇਖ ਸਕਦੇ ਹੋ ਜੀ ਇੱਥੇ 5 ਜਾਂ 7 ਜੋ ਵੈਕੈਂਸੀਜ਼ ਨੇ ਉਹ ਨੌਨ ਟੀਚਿੰਗ ਸਟਾਫ ਦੀਆਂ ਨੇ ਤੇ ਇਸ ਦੇ ਲਈ ਜੋ ਇੰਟਰਵਿਊ ਹੋਵੇਗੀ ਉਸ ਦਾ ਆਪਾਂ ਨੂੰ ਸ케ਜੂਲ ਵੀ ਦਿੱਤਾ ਹੈ 23 ਤਰੀਕ ਨੂੰ ਹੋਵੇਗੀ ਜੀ ਜੋ ਇੰਟਰਵਿਊ ਹੈ ਉਹਨਾਂ ਦੀ ਦੱਸਿਏ ਲਾਇਬ੍ਰੇਰੀ ਅਸਿਸਟੈਂਟ ਦੀ ਪੀਓਨ ਦੀ ਕਲੀਨਰ ਦੀ ਤੇ ਮਾਲੀ ਦੀ ਜੋ ਟਾਈਮਿੰਗ ਹੈ 9 ਵਜੇ ਤੋਂ ਤੁਹਾਡੀ ਇੰਟਰਵਿਊ ਸਟਾਰਟ ਹੋ ਜਾਵੇਗੀ ਜਿਸ ਤਰ੍ਹਾਂ ਪਹਿਲਾਂ ਟੈਂਡੈਂਸ ਹੋਵੇਗੀ ਫਿਰ ਡਾਕੂਮੈਂਟ ਦੀ ਵੈਰੀਫਿਕੇਸ਼ਨ ਹੋਵੇਗੀ ਉਸ ਤੋਂ ਬਾਅਦ ਇੰਟਰਵਿਊ ਹੋਵੇਗੀ ਕਿੱਥੇ ਇੰਟਰਵਿਊ ਹੋਵੇਗੀ ਜੀ ਇਸ ਦੀ ਤਾਂ ਇਹ ਹੈ ਯੂਨੀਵਰਸਿਟੀ ਇੰਸਟੀਚਿਊਟ ਆਫ ਲਾਜ਼ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਡਿਜੀਨਲ ਸੈਂਟਰ ਜੋ ਲੁਧਿਆਣਾ ਦਾ ਹੈ ਉੱਥੇ ਇੰਟਰਵਿਊ ਹੋਵੇਗੀ ਤੇ 24 ਨੂੰ ਸਿਕਿਉਰਿਟੀ ਗਾਰਡ ਦੀ ਹੋਵੇਗੀ ਸੇਮ ਜੋ ਵੈਨਿਊ ਸੇਮ ਹੀ ਰਹੇਗਾ ਇਸ ਤੋਂ ਬਿਨਾਂ ਜੀ ਤੁਸੀਂ ਕੁਆਲਿਫਿਕੇਸ਼ਨ ਦੇਖ ਸਕਦੇ ਹੋ ਇਹਨਾਂ ਨੇ ਦੱਸਿਆ ਤੁਹਾਡੀ ਐਲੀਜੀਬਿਲਿਟੀ ਕੀ ਕੀ ਹੋਣਾ ਚਾਹੀਦਾ ਹੈ ਜੇ ਤੁਸੀਂ ਲਾਇਬ੍ਰੇਰੀ ਅਸਿਸਟੈਂਟ ਲਈ ਜਾਣਾ ਹੈ ਤਾਂ ਮਾਸਟਰ ਡਿਗਰੀ ਤੁਹਾਡੀ ਸੈਕੰਡ ਕਲਾਸ ਬੀ ਐਲ ਆਈ ਬੀ ਹੋਣੀ ਚਾਹੀਦੀ ਹੈ ਇਸ ਤੋਂ ਬਿਨਾ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਵੀ ਹੋ ਸਕਦਾ ਹੈ ਤੁਹਾਡੇ ਕੋਲ ਏਜ 18 ਤੋਂ 37 ਹੈ ਐਲੀਜੀਬਲਟੀ ਪੀਓਨ ਦੀ ਮਾਲੀ ਦੀ 클ੀਨਰ ਦੀ ਸਿਕਿਉਰਿਟੀ ਗਾਰਡ ਦੀ ਵੀ ਦਿੱਤੀ ਹੈ ਤੇ ਐਕਸ ਸਰਵਿਸਮੈਨ ਨੇ ਜੋ ਉਹ ਵੀ ਅਸਲੀ ਅਪਲਾਈ ਨੇ ਕਰ ਸਕਦੇ ਹਨ ਇਸ ਤੋਂ ਬਿਨਾ ਜੀ ਰਿਲੈਕਸੇਸ਼ਨ ਆਪਰੇਜ਼ ਦੇ ਵਿੱਚ ਜਾਂ ਤੁਹਾਡੀ ਜੋ ਸੈਲਰੀ ਹੈ ਉਹ ਸਾਰੀ ਯੂਨੀਵਰਸਿਟੀ ਦੇ ਨੋਰਮਸ ਦੇ ਅਕੋਰਡਿੰਗ ਹੋਵੇਗੀ ਤਾਂ ਇਸ ਦੇ ਲਈ ਤੁਸੀਂ ਇਹ ਪਰਫਾਰਮਾ ਹੈ ਜੋ ਅਲੱਗ-ਅਲੱਗ ਵੈਕੈਂਸੀਜ਼ ਦੇ ਲਈ ਫਿਲ ਕਰਕੇ ਲੈ ਕੇ ਜਾਣਾ ਹੈ ਤੇ ਇਹ ਤੁਹਾਨੂੰ ਮੇਰੇ ਟੈਲੀਗ੍ਰam ਚੈਨਲ ਤੇ ਮਿਲ ਜਾਵੇਗਾ ਤਾਂ ਬਹੁਤ ਵਧੀਆ ਮੌਕਾ ਹੈ ਜੀ ਜਿਨ੍ਹਾਂ ਨੂੰ ਲੱਗਦਾ ਹੈ ਕਿ ਜੋ ਇੰਟਰਸਟਿਡ ਨੇ ਉਹ ਇੱਥੇ ਆਪਣੀ ਜੋ ਵਾਕ ਇਨ ਇੰਟਰਵਿਊ ਲਈ ਜਾ ਸਕਦੇ ਹਨ ਜੇ ਸਿੱਧਾ ਜੋ ਪੀਡੀਐਫ ਹੈ ਤੇ ਪਰਫਾਰਮਾ ਤੁਹਾਨੂੰ ਮੇਰੇ ਟੈਲੀਗ੍ਰam ਗਰੁੱਪ ਦੇ ਵਿੱਚ ਮਿਲ ਜਾਵੇਗਾ ਤੇ ਉਸ ਦਾ ਲਿੰਕ ਤੁਹਾਨੂੰ ਮੇਰੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਵੇਗਾ ਸੋ ਥੈਂਕ ਯੂ एवरीवन ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ